ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ ਸੇਵਕ ਸੇਵਾ ਬਣਾਈ ਹੁਕਮ ਅਬੂਜ ਪਰਮ ਪਦ ਪਾਈ ਜੀ ਦੇ ਮਹਾਵਾਕ ਅਨੁਸਾਰ ਜਿਵੇਂ ਸਾਡੇ 10 ਗੁਰੂਆਂ ਨੇ ਗੁਰਬਾਣੀ ਦੇ ਅੰਦਰ ਮਾਨਵਤਾ ਦੀ ਸੇਵਾ ਕਰਨ ਦਾ ਹੋਕਾ ਦਿੱਤਾ ਹੈ ਜਿਵੇਂ ਭਾਈ ਕਨਈਆ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲੰਗੀਧਰ ਪਾਤਸ਼ਾਹ ਤੋਂ ਥਾਪੜਾ ਲੈ ਕੇ ਉਹਨਾਂ ਨੇ ਵੀ ਦੀਨ ਦੁਖਿਆਂ ਦੀ ਸੇਵਾ ਕੀਤੀ ਜਿੱਥੇ ਜਲ ਦੀ ਲੋੜ ਸੀ ਉਥੇ ਜਲ ਛਕਾਇਆ ਜਿੱਥੇ ਕਿਤੇ ਮੱਲਮ ਪੱਟੀ ਦੀ ਲੋੜ ਸੀ ਉਥੇ ਮੱਲਮ ਪੱਟੀ ਕੀਤੀ ਇਸ ਤਰ੍ਹਾਂ ਹੀ ਕਿਉਂਕਿ ਬਾਣੀ ਦੇ ਅੰਦਰ ਜੋ ਫਰਮਾਨ ਹੈ ਸੇਵਕ ਕਉ ਸੇਵਾ ਬਨਿ ਆਈ ਹੁਕਮ ਅਬੂਜ ਪਰਮ ਪਦ ਪਾਈ ਜਨਮ ਮਰਨ ਦੋਹ ਹੁ ਮੈ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲਾਇਨ ਮਲਾਏ ਜੀ ਦੇ ਮਹਾਵਾਕ ਅਨਸਾਰ ਐਸੇ ਵਿਰਲੇ-ਵਿਰਲੇ ਪਰ ਉਪਕਾਰੀ ਲੋਕ ਬਹੁਤ ਹੀ ਦੁਨੀਆ ਦੇ ਵਿੱਚ ਘਟ ਵੇਖਣ ਨੂੰ ਮਿਲਦੇ ਹਨ ਤੇ ਜਿਨ੍ਹਾਂ ਦੀ ਮਿਸਾਲ ਅੱਜ ਅਸੀਂ ਪਹੁੰਚੇ ਹਾਂ ਪ੍ਰਭ ਆਸਰਾ ਸੰਸਥਾ ਕੁਰਾਲੀ ਵਿਖੇ ਜਿਹੜੇ ਕਿ ਬਹੁਤ ਹੀ ਪਰਪਰਪਕਾਰੀ ਨਾਮ ਨਾਲ ਰੰਗੀ ਹੋਈ ਰੂਹ ਸਾਡੇ ਆਦਰਨੀਏ ਵੀਰ ਜੀ ਭਾਈ ਸਹਿਬ ਭਾਈ ਸ਼ਮਸ਼ੇਰ ਸਿੰਘ ਜੀ ਜੋ ਕਿ ਇਹ ਪ੍ਰਭ ਆਸਰਾ ਦੇ ਮੇਨ ਮੁਖੀ ਨੇ ਆਓ ਅੱਜ ਉਹਨਾਂ ਤੋਂ ਜਾਣਨ ਦੀ ਅਪਾ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਇਹ ਸੰਸਥਾ ਖੜੀ ਕਰਨ ਲਈ ਕਿੰਨਾ ਸਮਾਂ ਲੱਗਿਆ ਤੇ ਉਹਨਾਂ ਨੇ ਜਿਸ ਤਰ੍ਹਾਂ ਬਜ਼ੁਰਗਾਂ ਦੀ ਸੇਵਾ ਅੰਗਹੀਣਾ ਦੀ ਸੇਵਾ ਮੰਦਬੁੱਧੀਆਂ ਦੀ ਸੇਵਾ ਕਿਵੇਂ ਉਹਨਾਂ ਨੇ ਤਨ ਮਨ ਧਨ ਦੇ ਨਾਲ ਇਹ ਕਰਵਾ ਰਹੇ ਹਨ ਤੇ ਕੀ ਕੀ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਕਿੰਨਾ ਕਿੰਨਾ ਅੜਚਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਰਕਾਰ ਨੂੰ ਤੇ ਸਮਾਜ ਸੇਵੀ ਦਰਦੀ ਸੱਜਣਾ ਨੂੰ ਉਹਨਾਂ ਦੀ ਕਿਵੇਂ ਮਦਦ ਕਰਨੀ ਚਾਹੀਏ ਅੱਜ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਵਾਹਿਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਅਸੀਂ ਖਾਲਸਾ ਟੀਵੀ ਚੈਨਲ ਵੱਲੋਂ ਤੇ ਸਮੂਹ ਟੀਮ ਵੱਲੋਂ ਆਪ ਜੀ ਦਾ ਸਾਡੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਆਪ ਜੀ ਦੇ ਆਪ ਜੀ ਦਾ ਦਰਦ ਜਾਣਨ ਲਈ ਅਸੀਂ ਟਾਈਮ ਕੱਢ ਕੇ ਆਏ ਆਏ ਹਾਂ ਤੇ ਤੁਹਾਡੇ ਕੋਲ ਪਹੁੰਚੇ ਹਾਂ ਤੇ ਤੁਸੀਂ ਅੱਜ ਸਾਡੇ ਇਸ ਚੈਨਲ ਦੇ ਜ਼ਰੀਏ ਤੇ ਜੋ ਵੀ ਤੁਹਾਨੂੰ ਮੁਸ਼ਕਲਾ ਆ ਰਹੀਆਂ ਨੇ ਕਿਉਂਕਿ ਪੂਰੇ ਏਰੀਏ ਨੂੰ ਨਹੀਂ ਪੂਰੀ ਦੁਨੀਆ ਨੂੰ ਪਤਾ ਹੈ ਵੀ ਪ੍ਰਭ ਆਸਰਾ ਇੱਕ ਕੈਸੀ ਸੰਸਥਾ ਹੈ ਇੱਥੇ ਕਿਵੇਂ ਲਵਾਰਸ ਪ੍ਰਾਣੀਆਂ ਨੂੰ ਉਹਨਾਂ ਦੀ ਸੇਵਾ ਸੰਭਾਲ ਕਰੀ ਜਾਂਦੀ ਹੈ ਉਹਨਾਂ ਨੂੰ ਹਰ ਇੱਕ ਉਹਨਾਂ ਦਾ ਦੁੱਖ ਦਰਦ ਦੂਰ ਕਰਿਆ ਜਾਂਦਾ ਹੈ ਤੁਸੀਂ ਇੰਨੀਆਂ ਔਕੜਾਂ ਕੱਟਣ ਦੇ ਬਾਵਜੂਦ ਵੀ ਇੰਨੀਆਂ ਮੁਸ਼ਕਲਾਂ ਕੱਟਣ ਦੇ ਬਾਵਜੂਦ ਵੀ ਜੋ ਵੀ ਤੁਹਾਡੀ ਅੱਜ ਅਰਚਨਾ ਆ ਰਹੀਆਂ ਸੁਣ ਵਿੱਚ ਵੀ ਆ ਰਿਹਾ ਹੈ ਕਿ ਬਹੁਤ ਹੀ ਔਖਾ ਸਮਾਂ ਆਉਂਦਾ ਹੈ ਪਰ ਉਸ ਸਮੇਂ ਚ ਨੂੰ ਜਿਹੜਾ ਗੁਜ਼ਰਦਾ ਹੈ ਉਹਨੂੰ ਪਤਾ ਹੁੰਦਾ ਹੈ ਅੱਜ ਸਾਡੇ ਚੈਨਲ ਦੇ ਜ਼ਰੀਏ ਜੋ ਵੀ ਤੁਹਾਡੀਆਂ ਮੇਨ ਪ੍ਰੋਬਲਮਾਂ ਹਨ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੋ ਵੀ ਅੱਜ ਗੱਲਬਾਤ ਕਰਨ ਲਈ ਅਸੀਂ ਪਹੁੰਚੇ ਹਾਂ ਤੇ ਤੁਸੀਂ ਉਹ ਅੱਜ ਖੁੱਲ੍ਹ ਕੇ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਪ੍ਰਵਾਸਰਾ ਪਰਿਵਾਰ ਵੱਲੋਂ ਆਪਣੇ ਦਿਲ ਦੀਆਂ ਗੱਲਾਂ ਤੁਮ ਤੁਹਾਡਾ ਨੂੰ ਸਮੁੱਚੀ ਖਾਲਸਾ ਟੀਵੀ ਚੈਨਲ ਦੀ ਟੀਮ ਨੂੰ ਜੀ ਆਇਆਂ ਕਹਿੰਦਾ ਤੇ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੁਸੀਂ ਕਿਸ ਤਰੀਕੇ ਨਾਲ ਦੁਖਿਆ ਰਹੇ ਤੇ ਬੇਬਸ ਨਾਚਾਰ ਹੋ ਚੁੱਕੇ ਨਾਗਰਿਕ ਦੇ ਜੋ ਦੁੱਖ ਹੈ ਜੋ ਹਾਲਾਤ ਹੈ ਉਹਨਾਂ ਦਾ ਇਜ਼ਹਾਰ ਕਰਨ ਵਾਸਤੇ ਅੱਜ ਤੁਸੀਂ ਆਏ ਹੋ ਤੇ ਇਸ ਦੇ ਵਿੱਚ ਸਾਡਾ ਲੋਕ ਜਿਵੇਂ ਲੋਕਤੰਤਰ ਦੇਸ਼ ਹੈ ਲੋਕਤੰਤਰ ਦੇਸ਼ ਦੇ ਵਿੱਚ ਸਾਰੇ ਆਪਾਂ ਸਾਰੇ ਵਿਚਾਰਦੇ ਆ ਅਸੀਂ ਵੀ ਇਸ ਗੱਲ ਨੂੰ ਬੜਾ ਬੜੀ ਖੁਸ਼ੀ ਨਾਲ ਮਤਲਬ ਅਸੀਂ ਮਹਿਸੂਸ ਕਰਦੇ ਹਾਂ ਕਿ ਵਾਕਈ ਲੋਕਾਂ ਦੀ ਸਰਕਾਰ ਹੈ ਕਿਉਂਕਿ ਲੋਕਾਂ ਦੁਆਰਾ ਸਰਕਾਰ ਹੈ ਲੋਕਾਂ ਲਈ ਸਰਕਾਰ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਤੇ ਉਸ ਦੇ ਲਈ ਬੜੇ ਮੌਕੇ ਸਰਕਾਰਾਂ ਨੂੰ ਜਿਹੜੇ ਹੈਗੇ ਮਿਲਦੇ ਆ ਪਰ ਉਸ ਦੇ ਵਿੱਚ ਜਦੋਂ ਸੀਟਾਂ ਦੇ ਉੱਤੇ ਬੈਠ ਜਾਂਦੇ ਆ ਕੋਈ ਸ਼ੱਕ ਨਹੀਂ ਉਹਨਾਂ ਨੂੰ ਰਹਿਸ਼ ਚਾਹੀਦੀ ਹੁੰਦੀ ਹੈ ਉਹ ਪਬਲਿਕ ਦੀ ਸਾਰੇ ਖੂਨ ਪਸੀਨੇ ਦੀ ਕਮਾਈ ਟੈਕਸਾਂ ਦੇ ਵਿੱਚੋਂ ਤਿਆਰ ਕੀਤੀਆਂ ਜਾਂਦੀਆਂ ਉੱਥੇ ਉਹਨਾਂ ਦੀ ਲੋੜ ਹੁੰਦੀ ਹੈ ਲੋੜ ਪੂਰੀ ਕੀਤੀ ਜਾਂਦੀ ਆਮ ਨਾਗਰਿਕ ਦੀ ਲੋੜ ਵੀ ਇਦਾਂ ਦੀ ਹੁੰਦੀ ਹੈ ਠੀਕ ਹੈ ਬਹੁਤ ਫੈਸਿਲਿਟੀ ਜੋ ਉਹਨਾਂ ਨੂੰ ਬਹੁਤ ਜ਼ਿਆਦਾ ਚਾਹੀਦੀਆਂ ਹੁੰਦੀਆਂ ਉਹਦੇ ਉੱਤੇ ਕਿਸੇ ਨੂੰ ਇਤਰਾਜ਼ ਨਹੀਂ ਇਹਨਾਂ ਕੋਈ ਵੀ ਕਰਦਾ ਪਰ ਇਤਰਾਜ਼ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਜਦੋਂ ਉਹਨਾਂ ਨੇ ਦੇਖਿਆ ਕਿ ਹਾਂ ਮਤਲਬ ਬਿਜਲੀ ਚਾਹੀਦੀ ਹੈ ਪਾਣੀ ਚਾਹੀਦਾ ਹੈ ਉਹਨਾਂ ਨੂੰ ਸਾਰਾ ਕੁਝ ਜੇ ਦੇਸ਼ ਦੇ ਵਿੱਚ ਨਾਗਰਿਕ ਜਿਹੜੇ ਦੌਰਾਨ ਜੋ ਕੁਝ ਵੀ ਇੱਥੇ ਅਸੀਂ ਜਿਹੜਾ ਉੱਪਰ ਪੈਨਲ ਲਗਾਈਆਂ ਇਲੈਕਟ੍ਰੀਕਲ ਪੈਨਲ 75 ਕਿਲੋਵਾਟ ਦੇ ਲਗਾਏ ਹਨ ਵੀ ਤਾਂ ਕਿ ਸਾਡਾ ਬਿੱਲ ਜਿਹੜਾ ਹੈਗਾ ਇਹਨਾਂ ਭਰਨਾ ਪੈ ਰਿਹਾ ਵੀ ਸਰਕਾਰ ਅਜੇ ਸੁਣ ਨਹੀਂ ਰਹੀ ਪਰ ਸਰਕਾਰ ਨੂੰ ਜੇਕਰ ਜਗ੍ਹਾ ਨਹੀਂ ਦੇ ਸਕੀ ਜੇਕਰ ਬਿਲਡਿੰਗ ਬਣਾ ਕੇ ਨਹੀਂ ਦੇ ਸਕੀ ਜੇਕਰ ਇਹਨਾਂ ਦੇ ਲੰਗਰ ਦਾ ਅਰੇਂਜਮੈਂਟ ਨਹੀਂ ਕਰ ਸਕੀ ਜੇਕਰ ਇਹਨਾਂ ਦੇ ਡਾਕਟਰਾਂ ਦਾ ਮੈਡੀਕ ਮੈਡੀਸਨ ਦਾ ਅਰੇਂਜਮੈਂਟ ਨਹੀਂ ਕਰ ਸਕੀ ਇਹਨਾਂ ਦੀ ਕੇਅਰ ਦਾ ਨਰਸਾਂ ਦਾ ਜਾਂ ਹੋਰ ਇਹਨਾਂ ਅਰੇਂਜਮੈਂਟ ਜਿਹੜੇ ਇਹਨਾਂ ਨੂੰ ਚਾਹੀਦਾ ਹੁੰਦਾ ਰੀਹੈਬਿਲਿਟੇਸ਼ਨ ਲਈ ਉਹ ਨਹੀਂ ਕਰ ਸਕੀ ਤੇ ਫਿਰ ਕਮ ਸੇ ਕੰਮ ਜਿਹੜਾ ਹੁਣ ਬਿਜਲੀ ਸੀ ਉਹਦਾ ਮਤਲਬ ਬਿੱਲ ਜਿਹੜਾ ਸੀ ਸਾਨੂੰ ਕਲੀਅਰ ਹੋ ਕੇ ਨਹੀਂ ਭੇਜਦੇ ਹੁੰਦੇ ਵੀ ਕਿੰਨਾ ਅਸੀਂ ਪ੍ਰੋਡਿਊਸ ਕੀਤੀ ਬਿਜਲੀ ਕੁਝ ਵੀ ਨਹੀਂ ਸੀ ਪਤਾ ਲੱਗ ਰਿਹਾ ਫਿਰ ਨਾ ਹੀ ਸਾਡੇ ਹਾਲਾਤ ਉਹਨਾਂ ਹਾਲਾਤ ਦੇ ਬਣ ਗਏ 1 ਕਰੋੜ ਦੇ ਕਰੀ ਤੇ ਹੁਣ ਸਾਡੇ ਕੋਲ ਬਿਜਲੀ ਦੇ ਬਿੱਲ ਅਸੀਂ ਨਹੀਂ ਦੇ ਸਕਦੇ ਤੇ ਬੀਲ ਦਾ ਬਿੱਲ ਦੇਣਾ ਕਿਦੇ ਵਾਸਤੇ ਇਹ ਖਜ਼ਾਨੇ ਸਰਕਾਰ ਦੇ ਖਜ਼ਾਨੇ ਇਹਨਾਂ ਬੇਵਸੇਲਾਚਾਰ ਨਾਗਰਿਕਾਂ ਤੋਂ ਪਰਨੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈਗੀ ਇਸ ਕਰਕੇ ਇਹ ਖਜ਼ਾਨੇ ਜਿਹੜੇ ਆ ਉਹਨਾਂ ਦੇ ਲਈ ਨਹੀਂ ਭਰੇ ਜਾ ਸਕਦੇ ਪਬਲਿਕ ਨੇ ਬੜੀ ਖੂਨ ਪਸੀਨੇ ਦੀ ਕਮਾਈ ਨਾਲ ਜਿਹੜੇ ਸਾਨੂੰ ਸੇਵਾ ਦਿੰਦੀ ਹੈਗੀ ਆ ਉਹ ਇਹਨਾਂ ਦੀ ਸੰਭਾਲ ਇਲਾਜ ਤੇ ਪੁਨਰਵਾਸ ਦੇ ਉੱਤੇ ਲਾਉਣ ਵਾਸਤੇ ਦਿੰਦੀ ਹੈ ਨਾ ਕਿ ਸਰਕਾਰ ਦੇ ਖਜ਼ਾਨੇ ਭਰਨ ਵਾਸਤੇ ਦਿੰਦੀ ਆ ਅੱਜ ਜਿਹੜਾ ਅਖਬਾਰਾਂ ਦੇ ਵਿੱਚ ਵੀ ਲੱਗਿਆ ਵੀ ਬਹੁਤ ਬਿਜਲੀ ਦਾ ਐਡਾ ਵੱਡਾ ਬਿੱਲ ਆ ਗਿਆ ਤੇ ਉਹ ਦੱਸਉਂਗੇ ਵੀ ਕਿੰਨਾ ਬਿੱਲ ਆਇਆ ਜੀ ਹੁਣ ਨ ਲਗਭਗ ਜੀ ਇਸ ਵੇਲੇ ਉਹਨਾਂ ਨੇ ਬਿੱਲ ਦੀ ਪਹਿਲੀ ਗੱਲ ਤਾਂ ਫਿਗਰ ਨਹੀਂ ਸਾਨੂੰ ਕਲੀਅਰ ਹੁੰਦੀ ਆਈ ਵਾਰ ਬਦਲੀ ਵੀ ਹੁੰਦੀ ਹੈ ਮਤਲਬ ਆਈ ਵਾਰ ਦਾ ਮਤਲਬ ਕੰਜ਼ਮਪਸ਼ਨ ਦੇ ਅਕੋਰਡਿੰਗ ਨਹੀਂ ਤੇ ਉਸ ਦੇ ਵਿੱਚ ਮਤਲਬ ਹੁਣ 20 ਲੱਖ 16700 ਸਮਥਿੰਗ ਜਿਹੜਾ ਹੈਗਾ ਇਸ ਬ੍ਰਾਂਚ ਦਾ ਹੈਗਾ ਤੇ ਜਿਹੜੀ ਦੂਜੀ ਬ੍ਰਾਂਚ ਹੈ ਉਹਦਾ ਉਹਨਾਂ ਨੇ ਕਹੇ ਸੀ ਪਹਿਲਾਂ 90000 ਭਰਾ ਦੋ ਅਸੀਂ ਐਵਰੇਜ ਦੇਖੀ ਮੈਂ ਖਾ ਵੀ ਇੰਨਾ ਬਿੱਲ ਤਾਂ ਬਣਦਾ ਨਹੀਂ ਤੁਸੀਂ ਬਿੱਲ ਤਾਂ ਭੇਜਿਆ ਨਹੀਂ ਕਹਿੰਦੇ ਨਹੀਂ ਇੰਨਾ ਬਣਦਾ ਹੈ ਜੀ ਮੈਂ ਖਾ ਐਵਰੇਜ ਨਾਲੋਂ ਕਿਤੇ ਵੱਧ ਬਣ ਰਿਹਾ ਵੀ ਕੋਈ ਮਸ਼ੀਨ ਤਾਂ ਉੱਥੇ ਚੱਲ ਨਹੀਂ ਰਹੀ ਇਸ ਗੱਲ ਤੇ ਉਸ ਦੇ ਵਿੱਚ ਅਸੀਂ ਚਲੋ 90000 ਰੁਪਏ ਇਕੱਠਾ ਕਰਕੇ ਉਸ ਵੇਲੇ ਭਰਾ ਦਿੱਤਾ ਵੀ ਚਲੋ ਇਹ ਨਿਬੜ ਗਿਆ ਫਿਰ ਉਸ ਤੋਂ ਬਾਅਦ 5 ਲੱਖ 70000 ਦਾ ਫੇਰ ਕੱਢ ਦਿੱਤਾ ਫਿਰ ਅਸੀਂ ਕਿਹਾ ਵੀ ਤੁਸੀਂ ਇਹ ਮਤਲਬ ਜਿਹੜਾ ਐਸ ਲੈਨ ਤੇ ਪੈ ਗਿਆਂ ਵੀ ਆਪਣੇ ਖਜ਼ਾਨੇ ਜਿਹੜੇ ਤੁਸੀਂ ਭਰਦੇ ਆ ਇਹਨਾਂ ਦੇ ਨਾਲ ਤੇ ਸਾਨੂੰ ਕਲੈਰਿਟੀ ਬਿਲਕੁਲ ਵੀ ਨਹੀਂ ਦੇ ਰਹੇ ਸੀ ਦੀ ਤੇ ਫਿਰ ਹਾਲਾਤ ਇਹੋ ਜਿਹੇ ਵੀ ਜਿਵੇਂ ਕੋਵਿਡ ਦਾ ਜਿਆਦਾ ਵਧਿਆ ਦੌਰ ਤੇ ਉਸ ਦੇ ਵਿੱਚ ਫਿਰ ਅਸੀਂ ਇੰਨੇ ਬਿਜ਼ੀ ਬਲਕਿ ਕਰਜ਼ਾ ਚੱਕ ਚੱਕ ਕੇ ਜਿਹੜਾ ਅਸੀਂ ਲਾਈਕ ਲਗਾ ਰਹੇ ਸੀ ਵੀ ਜਾਨਾ ਬਚਾਉਣ ਵਾਸਤੇ ਮੇਰਾ ਕਹਿਣ ਤੋਂ ਭਾਵ ਐਸ ਵੇਲੇ 5 ਲੱਖ 70000 ਦਾ ਉਧਰ ਖੜਾ ਕੀਤਾ ਹੋਇਆ ਵੀ ਲੱਖ ਕੁਛ ਹਜ਼ਾਰ ਦਾ 16000 ਸਮਥਿੰਗ ਦਾ ਇਧਰ ਦਾ ਬਿੱਲ ਹੈਗਾ ਤੇ ਇਹ ਬਿੱਲ ਜਿਹੜਾ ਸੀ ਅਸੀਂ ਸਰਕਾਰ ਦੀ ਡਿਊਟੀ ਨਿਭਾਉਣ ਵਾਸਤੇ ਜਿਹੜੇ ਨਾਗਰਿਕ ਜਿਹੜੇ ਇੱਥੇ ਆ ਰਹੇ ਆਂ ਬੇਵਸਤੇ ਲਾਚਾਰ ਹੋ ਕੇ ਜਿਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਬੜੇ ਤੇ ਵਿਚਾਰੇ ਕੋਈ ਸਕੂਲ 'ਚ ਗਿਆ ਵੀ ਹੈ ਤੇ ਕੋਈ ਵੱਡੀਆਂ ਪੋਸਟਾਂ 'ਤੇ ਬੈਠ ਕੇ ਕੰਮ ਕਰਦਾ ਸੀ ਪਰ ਘਰ ਦੇ ਰਾਸਤੇ ਭੁੱਲ ਗਿਆ ਸੜਕਾਂ 'ਤੇ ਰੁੜਦਾ ਸੀ ਕਿੰਨੇ ਕਿੰਨੇ ਸਾਲ ਜ਼ੁਲਮਾਂ ਦਾ ਸ਼ਿਕਾਰ ਹੋਇਆ ਤੇ ਬੱਚੀਆਂ ਨੇ ਵੀ ਇੱਥੇ 10-10 ਸਾਲ ਦੀਆਂ ਬੱਚੀਆਂ ਇੱਥੇ ਜਨਮ ਬੱਚੇ ਨੂੰ ਦਨੀਆਂ ਪੀੜਤ ਹੋਣੀਆਂ 70 ਕੇ 80 ਸੀ ਸਾਲ ਦੀਆਂ ਔਰਤਾਂ ਜਿਹੜੀਆਂ ਰੇਵ ਤੋਂ ਪੀੜਤ ਆ ਰੀਆਂ ਉਹਨਾਂ ਦੀ ਸੰਭਾਲ ਇਲਾਜ ਦੇ ਲਈ ਜੋ ਕੁਝ ਵੀ ਇੱਥੇ ਕੰਮ ਚੱਲ ਰਿਹਾ ਹੈਗਾ ਇਹਦੇ ਵਿੱਚੋਂ ਮਤਲਬ ਜਿਹੜੀ ਸਰਕਾਰ ਹੈ ਸਾਨੂੰ ਜਿਵੇਂ ਹੁਣ ਇਸ ਵੇਲੇ ਬਾਰ-ਬਾਰ ਨੋਟਿਸ ਕੱਢ ਕੇ ਬਾਰ-ਬਾਰ ਫੋਨ ਕਰਕੇ ਤੁਹਾਡੇ ਕਨੈਕਸ਼ਨ ਕੱਟ ਦੇਣੇ ਤੇ ਉਹ ਮੈਂ ਕਿਹਾ ਵੀ ਸਰਕਾਰ ਦੀ ਡਿਊਟੀ ਕਰਨ ਦੇ ਲਈ ਹੁਣ ਸਰਕਾਰ ਦੇ ਖਜ਼ਾਨੇ ਹੁਣ ਅਸੀਂ ਇਸ ਤਰੀਕੇ ਨਾਲ ਭਰੀਏ ਹੁਣ ਜਦੋਂ ਵੀ ਸਮਾਨ ਲੈ ਕੇ ਆ ਰਹੇ ਆਂ ਅੱਜ ਲੱਕੜ ਲੈ ਕੇ ਆਈਆਂ ਲੱਕੜ ਦੇ ਉੱਤੇ ਕਿੰਨੇ ਪਰਸੈਂਟ ਟੈਕਸ ਹਜ਼ਾਰਾਂ ਰੁਪਈਆ ਜੀ 1 ਲੱਖ ਰੁਪਏ ਦਾ ਲੈਣਾ ਤਾਂ ਮੈਨੂੰ ਲੱਗਦਾ 1 ਲੱਖ 7 ਲੱਖ ਰੁਪਈਆ ਤਾਂ ਉਹਨਾਂ ਨੂੰ ਪੇ ਕਰਨਾ ਪੈਂਦਾ ਜੀਐਸਟੀ ਦਾ ਜੀਐਸਟੀ ਦਾ ਹੁਣ 10 ਲੱਖ ਰੁਪਏ ਦਾ ਜਿਹੜਾ ਸਰਿਆ ਆਇਆ ਸੀ ਪਿੱਛੇ ਕਿਦੇ ਵਾਸਤੇ ਆਇਆ ਸੀ ਜਿਹੜੀ ਸਰਕਾਰ ਨੇ ਆਪਣੀ ਸੰਵਿਧਾਨਿਕ ਡਿਊਟੀ ਨਿਭਾਉਣੀ ਸੀ ਨਾਗਰਿਕ ਨੂੰ ਸ਼ੈਲਟਰ ਦੇਣ ਲਈ ਉਸ ਦੇ ਵਿੱਚ ਅਸੀਂ ਭਾਵੇਂ ਸਾਡੇ ਪਹਿਲਾਂ ਵੀ ਕਰਜ਼ਾ ਖੜਾ ਉਹਦੇ ਲਈ ਜੋ ਹੁਣ ਅਸੀਂ ਪਿੱਛੇ ਸਮਾਨ ਲੈ ਕੇ ਆ ਰਹੇ ਹਾਂ ਅੱਜ ਵੀ ਇਹਨਾਂ ਦੇ ਘਰ ਬਣ ਰਹੇ ਆ ਇਹ ਸਰਕਾਰ ਨੂੰ 10 ਲੱਖ ਦਾ ਜੇ ਸਰੀਆ ਮੰਗਾਇਆ 12 ਲੱਖ ਦਾ ਬਿੱਲ ਪੇ ਕਰਨਾ ਪਿਆ ਸਾਨੂੰ ਇਸ ਦੇ ਸਬੰਧ ਵਿੱਚ ਜਿਤਨਾ ਹੁਣ ਖਰੜ ਹਲਕਾ ਦੀ ਗੱਲ ਆਪਾਂ ਕਰੀਏ ਹੁਣ ਇਲੈਕਸ਼ਨ ਪੂਰੇ ਜੋਰਾਂ ਤੇ ਹੈ ਵੀ ਕਿਹਾ ਆਪ ਜੀ ਨੇ ਕਿਸੇ ਖਲ ਕਿਸੇ ਵੀ ਪਾਰਟੀ ਦੇ ਸਬੰਧਤ ਮੇਨ ਮੁਖ ਆਗੂ ਜਿਹੜੇ ਹੁਣ ਪਾਰਟੀ ਦੀ ਟਿਕਟ ਦੀ ਦਾਅਵੇਦਾਰੀ ਕਰ ਉਹਨਾਂ ਨਾਲ ਇਸ ਸਬੰਧਤ ਦੇ ਵਿੱਚ ਗੱਲ ਕੀਤੀ ਵੀ ਬਿਜਲੀ ਦਾ ਬਿੱਲ ਇੰਨਾ ਆ ਗਿਆ ਵੀ ਸਰਕਾਰ ਸਹਿਯੋਗ ਕਰੇ ਆ ਤੁਸੀਂ ਚੰਨੀ ਸਰਕਾਰ ਤੋਂ ਕੋਈ ਮੰਗ ਕਰਨੀ ਚਾਹੁੰਦੇ ਵੀ ਇਸ ਦੇ ਵਿੱਚ ਤੁਹਾਡੀ ਮਾਲੀ ਮਦਦ ਕੀਤੀ ਜਾਵੇ ਸਾਡੀ ਮਾਲੀ ਮਦਦ ਨਾ ਕੀਤੀ ਜਾਵੇ ਅਸੀਂ ਕੀ ਮਦਦ ਕਰੀਏ ਵੀ ਆਪਣੇ ਦੇਸ਼ ਦੇ ਨਾਗਰਿਕ ਨੂੰ ਆਪਣੀ ਸਟੇਟ ਦੇ ਨਾਗਰਿਕ ਨੂੰ ਬਚਾ ਲੈਣਾ ਪਰ ਪ੍ਰਭਾਸਰਾ ਦਾ ਸ਼ਮਸ਼ੇਰ ਸਿੰਘ ਦਾ ਪ੍ਰੋਜੈਕਟ ਨਹੀਂ ਹੈਗਾ ਉਹਦੀ ਸੰਵਿਧਾਨਿਕ ਡਿਊਟੀ ਨਹੀਂ ਬਣਦੀ ਦੇਸ਼ ਦੇ ਉਹਦੇ ਚ ਨਾਗਰਿਕ ਰੁਲ ਰਿਹਾ ਹੈ ਸਟੇਟ ਦੇ ਸੜਕਾਂ ਤੇ ਨਾਗਰਿਕ ਰੁਲਦਾ ਹੈ ਕੋਠੀ ਦੇ ਵਿੱਚ ਆਪਣੇ ਮਕਾਨ ਚ ਤੜਫ ਤੜ ੜ ਕੇ ਮਰ ਰਿਹਾ ਹੈ ਸਟੇਟ ਦੀ ਰਿਸਪਾਂਸਿਬਿਲਟੀ ਹੈ ਸਟੇਟ ਦੀ ਪ੍ਰੋਬਲਮ ਹੈਗੀ ਹੈ ਉਹ ਅਸੀਂ ਪ੍ਰਭ ਆਸਰਾ ਤੇ ਸਾਡੇ ਵਰਗੇ ਸੱਜਣ ਤੁਹਾਡੇ ਵਰਗੇ ਸਮਾਜਦਾਰ ਸੱਜਣ ਨੇ ਢਿੰਡ ਦਿਨਾਂ ਤੋਂ ਲੱਗੇ ਹੋਏ ਆਂ ਆਪਾਂ ਰਲ ਮਿਲ ਕੇ ਸਰਕਾਰ ਦੀ ਕੀ ਮਦਦ ਕਰੀਏ ਤਾਂ ਕਿ ਸੜਕਾਂ ਤੇ ਰੁਣ ਤੋਂ ਨਾਗਰਿਕ ਬਚ ਜਾਏ ਗੱਲ ਤਾਂ ਇਸ ਤਰੀਕੇ ਨਾਲ ਮੈਂ ਪੁੱਛ ਨਹੀਂ ਚਾਹੁੰਦਾ ਵੀ ਅਸੀਂ ਕੀ ਤੁਹਾਡੀ ਮਦਦ ਕਰੀਏ ਸਾਡੀ ਤੁਸੀਂ ਮਦਦ ਕੀ ਕਰਨੀ ਸਾਡੀ ਕੋਈ ਪਰਸਨਲ ਪ੍ਰੋਬਲਮ ਹੈਗੀ ਐ ਇਹ ਤਾਂ ਸਟੇਟ ਦੀ ਪ੍ਰੋਬਲਮ ਹੈਗੀ ਐ ਸੰਵਿਧਾਨਿਕ ਡਿਊਟੀ ਤੁਹਾਡੀ ਬਣਦੀ ਐ ਕਸਮਾਂ ਤੁਸੀਂ ਖਾਧੀਆਂ ਹੋਈਆਂ ਜਿਵੇਂ ਜੀ ਝੂਠ ਬੋਲ ਕੇ ਕਸਮਾਂ ਖਾਦਦੀਆਂ ਪਰ ਸਰਕਾਰ ਨੇ ਕਿਸੇ ਨੇ ਅੱਜ ਤੱਕ ਸਾਰਤਾ ਨਹੀਂ ਲਈ ਜੇ ਲੋਕਾਂ ਦੀ ਲੋਕਾਂ ਲਈ ਲੋਕਾਂ ਦੁਆਰਾ ਚੁਣੀ ਹੋਈ ਨੂੰ ਆਪਾਂ ਲੋਕਤੰਤਰ ਕਹਿੰਦੇ ਪਰ ਹੁਣ ਜੋ ਚੀਜ਼ ਦੇਖਣ ਚ ਆ ਰਹੀ ਉਹਨੂੰ ਆਪਾਂ ਲੋਕਤੰਤਰ ਕਿਵੇਂ ਕਹਿ ਸਕਦੇ ਹਾਂ ਕਹਿੰਦੇ ਕੈਸੀ ਐ ਕੈਸਾ ਲੋਕਤੰਤਰ ਇਹ ਰਾਜਨੀਤੀ ਕੈਸੀ ਹੈ ਸਵਾਲ ਖੜੇ ਹੋ ਰਹੇ ਹਨ ਨਾ ਇਸ ਵੇਲੇ ਵੀ ਹਾਲਾਤੇ ਬਣੇ ਹੋਏ ਹਨ ਕੈਸੀ ਸਮਾਜ ਸੇਵਾ ਸੇਵਾ ਦਾ ਮੌਕਾ ਦੋ ਕਹਿੰਦੇ ਕੈਸੀ ਸਮਾਜ ਸੇਵਾ ਇਨਸਾਨੀਤ ਕਿ ਕੈਸੀ ਹੈ ਜੇ ਇਹੋ ਜਿਹਾ ਜੀਵਨ ਤੇ ਵੀ ਨਹੀਂ ਦੇ ਆ ਰਹੀ ਆਪਣੇ ਨਾਗਰਿਕਾਂ ਤੇ ਦੇ ਆ ਰਹੀ ਦੇ ਆਦਾ ਕਾਲ ਵਧਦਾ ਜਾ ਰਿਹਾ ਲੋਕਤੰਤਰ ਦੇਸ਼ ਦੇ ਵਿੱਚ ਨਾਗਰਿਕ ਸੜਕਾਂ ਤੇ ਰੋਲ ਕੇ ਹਸਪਤਾਲਾਂ ਦੇ ਵਿੱਚ ਰੋਲ ਕੇ ਮਰਦਾ ਜਾ ਰਿਹਾ ਇਨੀ ਸ਼ਰਤ ਲਾਤੀ ਹਸਪਤਾਲ ਦੇ ਵਿੱਚ ਕਿ ਅਸੀਂ ਨਹੀਂ ਰੱਖ ਸਕਦੇ ਮੈਂ ਪੁੱਛਣਾ ਚਾਹੁੰਦਾ ਵੀ ਕਿਹੜਾ ਸੰਵਿਧਾਨ ਦਾ ਕਿਹੜਾ ਆਰਟੀਕਲ ਹੈ ਜਿਦੇ ਵਿੱਚ ਲਿਖਿਆ ਹੋਇਆ ਹੈ ਕਿ ਸਟੇਟ ਦੀ ਐਂਬੂਲੈਂਸ ਨਹੀਂ ਚੱਕੂਗੀ ਕੋਠੀ ਦੇ ਵਿੱਚੋਂ ਨਹੀਂ ਕੱਢੂਗੀ ਸੜਕ ਤੋਂ ਨਹੀਂ ਚੱਕੂਗੀ ਸਾਡੇ ਕੋਲ ਬਹੁਤ ਜ਼ਿਆਦਾ ਐਵੀਡੈਂਸ ਹੈ ਕਿ ਸੜਕਾਂ ਤੋਂ 108 ਨੰਬਰ ਐਂਬੂਲੈਂਸੀ ਇਸ ਕਰਕੇ ਨਹੀਂ ਚੱਕ ਰਹੀ ਕਿਉਂਕਿ ਹਸਪਤਾਲ ਰੀਸੀਵ ਨਹੀਂ ਕਰ ਰਿਹਾ ਇਹ ਸੰਵਿਧਾਨ ਸੰਵਿਧਾਨ ਦੇ ਰਖਵਾਲੇ ਸੁਵਿਧਾਨੀਆਂ ਧਜੀਆਂ ਜਿਹੜੇ ਉਡ ਇਹਨਾਂ ਦੇ ਰਿਜ਼ਲਟ ਫਿਰ ਬਹੁਤੇ ਅੱਛੇ ਨਹੀਂ ਨਿਕਲਿਆ ਕਰਦੇ ਤੇ ਇਸ ਕਰਕੇ ਕਸਮਾਂ ਖਾ ਲੈਣੀਆਂ ਤੇ ਫਿਰ ਉਹ ਵਾਅਦੇ ਪੂਰੇ ਨਾ ਕਰਨੇ ਤੇ ਮੈਨੂੰ ਲੱਗਦਾ ਵੀ ਫਿਰ ਆਉਣ ਵਾਲੇ ਦਿਨ ਜਿਹੜੇ ਹਨ ਉਹ ਚੰਗੇ ਨਹੀਂ ਆਉਣ ਵਾਲੇ ਦਿਨ ਜਿਹੜੇ ਹਨ ਬਲਕਿ ਹੋਰ ਖਰਾਬ ਹੋਣ ਵਾਲੇ ਆ ਪਿਆਰ ਦੀ ਭਾਸ਼ਾ ਨਾਗਰਿਕ ਦੀਆਂ ਸਮੱਸਿਆਵਾਂ ਸੁਣ ਲੈਣੀਆਂ ਚਾਹੀਦੀਆਂ ਉਹ ਦਿੱਲੀ ਦੇ ਵਿੱਚ ਕੀ ਕੁਝ ਹੋਇਆ ਜੇ ਸਮੱਸਿਆਵਾਂ ਸੁਣ ਲਓ ਤੁਸੀਂ ਸੜਕਾਂ ਪੱਟਣੀਆਂ ਆਪਣੇ ਆਪ ਹੀ ਸੜਕਾਂ ਪੱਟ ਦੇਣੀਆਂ ਕਾਦੇ ਵਾਸਤੇ ਸੜਕਾਂ ਪੱਟੀਆਂ ਸੀ ਕੋਈ ਦੇਸ਼ ਦਾ ਸੰਵਿਧਾਨ ਅਲਾਉ ਨਹੀਂ ਕਰਦਾ ਤੇ ਫਿਰ ਅਖੀਰ ਤੇ ਹੋਇਆ ਕੀ ਹੈ ਇਸ ਕਰਕੇ ਮਤਲਬ ਜੋ ਸੜਕਾਂ ਦੇ ਉੱਤੇ ਜਾਮ ਲੱਗਦੇ ਆ ਸ਼ੋਭਾ ਨਹੀਂ ਦਿੰਦੇ ਪਰ ਨਾਗਰਿਕ ਕਰੇ ਕੀ ਫੇਰ ਜੇ ਪਿਆਰ ਦੀ ਭਾਸ਼ਾ ਜੇ ਇਨਸਾਨੀਤ ਵਾਲੀ ਭਾਸ਼ਾ ਸੰਵਿਧਾਨਿਕ ਭਾਸ਼ਾ ਜੇ ਨਾਗਰਿਕ ਦੀ ਕੋਈ ਨਾ ਸਮਝੇ ਤੇ ਫੇਰ ਫਿਰ ਇਹ ਇਹ ਲੋਕਾਂ ਨੂੰ ਜਦੋਂ ਅਸੀਂ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਵਿੱਚ ਨਹੀਂ ਲੱਖਾਂ ਦੇ ਵਿੱਚ ਹੈ ਫੋਨ ਪਤਾ ਨਹੀਂ ਕਿੰਨੇ ਕੁ ਡੇਲੀ ਫੋਨ ਅਕਾਊਂਟ ਨਹੀਂ ਹੁੰਦੇ ਸਾਡੇ ਕੋਲ ਆਨੇ ਆ ਤੇ ਸੁਸਾਈਡ ਕਰਨ ਦੇ ਮਾਰਗ ਤੇ ਪਏ ਹੋਏ ਲੋਕ ਸਾਡੇ ਕੋਲ ਰੋਜ ਇਹ ਵਿਚਾਰੇ ਜਿਹੜੇ ਕਿ ਮਤਲਬ ਜਿਹਨੂੰ ਹਨੇਰਾ ਦਿਖ ਰਿਹਾ ਹੈ ਜਿਸ ਦਿਨ ਜਾ ਕੇ ਫਿਰ ਇਹ ਕੋਠੀਆਂ 'ਤੇ ਬੈਠਣਗੇ ਉਸ ਦੀ ਨਹੀਂ ਸੋਚਣਾ ਪਊਗਾ ਵੀ ਹਾਂ ਇਹ ਵੀ ਸਾਡੇ ਦੇਸ਼ ਦੇ ਨਾਗਰਿਕਾਂ ਨਾਲ ਲਈ ਅਸੀਂ ਜੇ ਮਤਲਬ ਇੰਨੀ ਦੂਰੋਂ ਤੁਸੀਂ ਜਿਸ ਤਰ੍ਹਾਂ ਹੁਣ ਗੱਲ ਪਚਾ ਰਹੇ ਆਂ ਤੇ ਜੇ ਹੁਣੇ ਥੋੜਾ ਬਹੁਤਾ ਸਮਝਣ ਇਹ ਕਿ ਸਾਡੀ ਬਹੁਤ ਵੱਡੀ ਸੰਵਿਧਾਨਕ ਡਿਊਟੀ ਹੈ ਡਿਪਰੈਸ਼ਨ ਰੇਟ ਇੰਨਾ ਜ਼ਿਆਦਾ ਵੱਧ ਚੁੱਕਿਆ ਸਭ ਤੋਂ ਵੱਡੀ ਬਿਮਾਰੀ ਦਾ ਰੂਪ ਧਾਰਨ ਕਰ ਚੁੱਕਿਆ ਹੈਗਾ ਤੇ ਇਹਦੇ ਵਿੱਚ ਪੰਜਾਬ ਦੀ ਧਰਤੀ ਦੀ ਵੀ ਤੁਸੀਂ ਗੱਲ ਕਰੋ ਨਾ ਬਹੁਤ ਵੱਡੀ ਫਿਗਰ ਦੱਸਦੇ ਮੇਰਾ ਦੱਸਣ ਲੱਗਿਆ ਵੀ ਮੈਨੂੰ ਆ ਮੈਡਮ ਮਨ ਅਲਾਉ ਨਹੀਂ ਕਰਦਾ ਪਰ ਉਹ 5% ਕਹਿੰਦੇ ਮੈਂ ਖਾ ਜੇ 1% ਦੀ ਵੀ ਗੱਲ ਕਰ ਲਓ 3 ਕਰੋੜ ਦੀ ਆਬਾਦੀ ਹੈ ਫਿਰ ਵੀ 1% ਦੀ ਵੀ ਗੱਲ ਕਰ ਲਓ ਤਾਂ ਵੀ ਤੁਸੀਂ 3 ਕਰੋੜ ਨਹੀਂ 2 ਕਰੋੜ 1% ਦੇ ਹਿਸਾਬ ਨਾਲ ਵੀ ਜਿਹੜੇ ਕਿਸੇ ਵળે ਵੀ ਸੁਸਾਈਡ ਕਰ ਸਕਦੇ ਆ ਉਹਨਾਂ ਦੀ ਗਿਣਤੀ ਇਸ ਦੇ ਵਿੱਚ ਜਿਸ ਸੀਟ ਦੇ ਉੱਤੇ ਬੈਠੇ ਆਂ ਸੰਵਿਧਾਨ ਦੀ ਕਸਮ ਖਾ ਕੇ ਸੌਂ ਚੱਕ ਕੇ ਆਪਾਂ ਉੱਥੇ ਬੈਠੇ ਆਂ ਤੇ ਉਹ ਸੌਂ ਦੇ ਵਿੱਚ ਤਾਂ ਇਹੀ ਹੈ ਵੀ ਸੰਵਿਧਾਨ ਦੀ ਡਿਊਟੀ ਬੰਦੀ ਹੈਗੀ ਕਿ ਦੇਸ਼ ਦਾ ਨਾਗਰਿਕ ਜਿਹੜਾ ਹੈਗਾ ਉਹਦੀ ਇੱਕ ਬੇਸਿਕ ਨੀਡ ਨੂੰ ਤਸੇ ਜੇ ਉਹ ਕਿਸੇ ਮਾਨਸਿਕ ਤਣਾਅ ਕਰਕੇ ਮਾਨਸਿਕ ਰੋਗ ਦਾ ਨਸ਼ਕਾਰ ਹੋ ਗਿਆ ਘਰ ਦੇ ਰਸਤੇ ਭੁੱਲ ਗਿਆ ਹੁਣ ਸੜਕਾਂ ਤੇ ਹੱਥ ਦੀ ਸਰਦੀ ਦੇ ਵਿੱਚ ਹਨੇਰੀਆਂ ਝੱਕੜਾਂ ਦੇ ਵਿੱਚ ਸੜਕਾਂ ਤੇ ਰੁਲਦਾ ਏ ਤੇ ਉਸ ਨੂੰ ਜੇਕਰ ਹਾਲਾਤ ਇਹ ਬਣ ਜਾਣ ਕਿ ਮਤਲਬ ਜਦੋਂ ਅਸੀਂ ਹੈਲਪਲਾਈਨ ਤੇ ਫੋਨ ਕਰੀਏ 108 ਤੇ ਫੋਨ ਕਰੀਏ ਇਹ ਰਿਐਲਿਟੀ ਹੈ ਇਹ ਸੱਚਾਈ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਏ ਤੇ ਹੱਥ ਮੰਨ ਕੇ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਏ ਵੀ ਹਾਲਾਤ ਇਹ ਬਣੇ ਬਿਆ ਵੀ ਐਂਬੂਲੈਂਸ ਨਾ ਉਹਨਾਂ ਨੂੰ ਚੱਕੇ ਕੋਈ ਹਸਪੀਟਲ ਉਹਨਾਂ ਦੀ ਬਾਤ ਨਾ ਪੁੱਛੇ ਇਹ ਮਤਲਬ ਆਪਣੇ ਦੇਸ਼ ਦੇ ਨਾਗਰਿਕ ਦੀ ਐਸੀ ਹਾਲਤ ਕਿ ਉਹ ਇਸ ਲੋਕਤੰਤਰ ਦੇਸ਼ ਦੇ ਵਿੱਚ ਸੰਵਿਧਾਨ ਦੇ ਵਿੱਚ ਉਹਨੂੰ ਕੋਈ ਥਾਂ ਨਹੀਂ ਹੈ ਕਿ ਉਸ ਦਾ ਕੋਈ ਵਕੀਸਾ ਹੈ ਨਹੀਂ ਉਸ ਦਾ ਕੋਈ ਵਕ ਨਹੀਂ ਕਿਸਾ ਜਿਹੜਾ ਬਜਟ ਹੁੰਦਾ ਹੈ ਉਹਦੇ ਵਿੱਚ ਉਹਦਾ ਵੀ ਹਿੱਸਾ ਉਹਦੇ ਲਈ ਵੀ ਮਤਲਬ ਉਹਨੂੰ ਠੀਕ ਹੋਣ ਦਾ ਮੌਕਾ ਮਿਲਣਾ ਚਾਹੀਦਾ ਹੈ ਪਹਿਲਾਂ ਸਾਨੂੰ ਜਦੋਂ ਰੋਲਦੇ ਦੇਖਿਆ ਗਿਆ ਸੀ ਕੋਸ਼ਿਸ਼ ਕੀਤੀ ਅੱਜ ਤੱਕ 17 ਸਾਲ ਪਹਿਲਾਂ ਦੀ ਗੱਲ 18 ਸਾਲ ਪਹਿਲਾਂ ਦੀ ਗੱਲ ਹੈ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਜਦੋਂ ਕੋਈ ਹੱਲ ਨਿਕਲਿਆ ਫਿਰ ਦੋ ਕਮਰੇ ਕਿਰਾਏ ਤੇ ਲੈ ਕੇ ਪ੍ਰਬਾਸ ਰਸ ਰਸਤਾ ਸ਼ੁਰੂ ਹੋਈ ਹੈ ਪਰ ਜਿਸ ਵੇਲੇ ਸ਼ੁਰੂ ਹੋਈ ਹੈ ਉਸ ਵੇਲੇ ਪਹਿਲਾਂ ਸੜਕ ਤੇ ਰੋਲਦੇ ਹਾਂ ਉਸ ਵੇਲੇ ਕਾਨੂੰਨ ਯਾਦ ਨਹੀਂ ਆ ਰਿਹਾ ਸੜਕਾਂ ਤੇ ਨਾਗਰਿਕ ਰੋਲੇ ਲੋਕਤੰਤਰ ਦੇਸ਼ ਦੇ ਵਿੱਚ ਤੇ ਉਸ ਵੇਲੇ ਨਾਗਰਿਕ ਜਿਹੜਾ ਹੈਗਾ ਤੁਰੰਤ ਉਹਨੂੰ ਮਤਲਬ ਜਿਹੜਾ ਪੁਲਿਸ ਨੇ ਚੱਕਣਾ ਹੁੰਦਾ ਹਸਪੀਟਲ ਸ਼ਿਫਟ ਕਰਨਾ ਹੁੰਦਾ ਡਾਇਗਨੋਸ ਤੇ ਉਹਦੇ ਜੇ ਇੰਟੈਲੈਕਚੁਅਲ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹਨਾਂ ਨੇ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਜੇ ਕੋਈ ਡਿਪਰੈਸ਼ਨ ਜਾਂ ਇਲਨੈਸ ਆ ਗਈ ਤਾਂ ਉਹਦੇ ਵਿੱਚ ਮੈਂਟਲ ਹੈਲਥ ਐਸਟੈਬਲਿਸ਼ਮੈਂਟ ਉਹਦੇ ਵਿੱਚ ਜਿਹੜੇ ਵੀ ਜੁਡੀਸ਼ੀਅਲ ਮੈਜਿਸਟਰੇਟ ਜੋ ਵੀ ਇੱਕ ਸਿਸਟਮ ਬਣਾਇਆ ਵਾ ਕਾਨੂੰਨ ਦੇ ਮਤਾਬਕ ਉਹ ਤੁਰੰਤ 24 ਘੰਟੇ ਦੇ ਅੰਦਰ हेल्प ਹੋਣੀ ਚਾਹੀਦੀ ਹੈ ਜਦੋਂ ਦੇਖਿਆ ਵੀ ਹੈਲਪ ਨਹੀਂ ਹੋ ਰਹੀ ਮੁਸ਼ਕਲਾਂ ਆ ਰਹੀਆਂ ਫਿਰ ਅਸੀਂ ਜਗ੍ਹਾ ਲੈ ਕੇ ਸਰਕਾਰ ਕਹਿੰਦੀ ਜਗ੍ਹਾ ਨਹੀਂ ਹੈ ਅਸੀਂ ਜਗ੍ਹਾ ਸੰਗਤ ਦੇ ਸਹਿਯੋਗ ਨਾਲ ਜਿਹੜੇ ਸਰੋਤੇ ਹੁਣ ਸੁਣ ਰਹੇ ਆ ਸਾਰਿਆਂ ਮੈਂ ਪਰਮਾਤਮਾ ਅਗੇ ਸਾਰਿਆਂ ਲਈ ਅਰਦਾਸ ਕਰਦਾ ਵੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਸ਼ਕਤੀਆਂ ਬਖਸ਼ੇ ਜੇ ਤੁਸੀਂ ਆਪਣੇ ਮਕਾਨ ਬਣਾਏ ਉਥੇ ਨਿਆਸਰਾਂ ਲਈ ਆਸਰਾਏ ਮਕਾਨ ਬਣਾਉਣ ਦੇ ਵਿੱਚ ਵੀ ਘਰ ਬਣਾਉਣ ਦੇ ਵਿੱਚ ਵੀ ਵੱਡਾ ਯੋਗਦਾਨ ਇਹਨਾਂ ਦੀ ਸੰਭਾਲ ਇਹਨਾਂ ਦੇ ਇਲਾਜ ਤੇ ਪੁਨਰਵਾਸ ਦੇ ਵਿੱਚ ਜਿੱਥੇ 1950 ਤੋਂ ਉੱਪਰ ਨਾਗਰਿਕ ਐ ਦਾਖਲ ਹੋਏ ਹੈ 1285 ਦੇ ਕਰੀਬ ਨਾਗਰਿਕ ਠੀਕ ਹੋ ਕੇ ਵਾਰਸਾਂ ਦੇ ਹਵਾਲੇ ਹੋਏ ਤੇ ਹੁਣ ਵੀ ਸੈਕੰਡਰੀ ਨਾਗਰਿਕ ਸੰਭਾਲੇ ਇਲਾਜ ਦੀਨ ਇੱਥੇ ਰਹਿ ਰਹੇ ਹਨ ਉਹਨਾਂ ਨੇ ਲਈ ਲੋੜੋਂ ਸਾਹਿਬ ਜਿਵੇਂ ਹੁਣ ਕੋਵਿਡ ਦੇ ਵਿੱਚ ਇੱਕਦਮ ਬੰਦ ਕਰ ਦਿੱਤੇਗੇ ਦੁਜੇ ਬੰਦ ਕਰ ਲਏ ਕਿ ਅਸੀਂ ਕੋਵਿਡ ਤੋਂ ਬਿਨਾਂ ਜਿਹਨਾਂ ਨੂੰ ਹਾਰਟ ਦੀਆਂ ਪ੍ਰੋਬਲਮਸ ਸੀ ਹੋਰ ਇਨੀਆਂ ਕਿਡਨੀਜ਼ ਦੀ ਪ੍ਰੋਬਲਮ ਸੀ ਲੰਗਸ ਦੀ ਪ੍ਰੋਬਲਮ ਸੀ ਪਹਿਲਾਂ ਹੀ ਜਿਆਦਾ ਇਨੀ ਸਮੱਸਿਆ ਸੀ ਕਿ ਉਹਨਾਂ ਦਾ ਕਹ ਲਓ ਵੀ 슈ਗਰ ਦਾ ਲੈਵਲ ਹੀ ਇੰਨਾ ਜਿਹੜਾ ਡਾਊਨ ਚਲੇ ਜਾਂਦਾ ਸੀ ਮੇਨਟੇਨ ਨਹੀਂ ਸੀ ਉਹਨਾਂ ਦਾ ਅਲੱਗ-ਅਲੱਗ ਤਰ੍ਹਾਂ ਦੀਆਂ ਡਿਪਰੈਸ਼ਨ ਦੀਆਂ ਵੀ ਬਿਹੇਵੀਅਰ ਦੀਆਂ ਵੀ ਪ੍ਰੋਬਲਮ ਸੀ ਉਹ ਵਾਸਤੇ ਦਰਵਾਜ਼ੇ ਬੰਦ ਕਰ ਲਏ ਕਿ ਫਿਰ ਸਾਨੂੰ ਅਮਰਜੈਂਸੀ ਹਾਲਾਤਾਂ ਦੇ ਵਿੱਚ ਸੰਗਤ ਅਲੈਕ ਸਾਰੀ ਆਪਣੀ ਕੋਲੋ ਇਲਾਕੇ ਦੀ ਉਹਨਾਂ ਦੀਆਂ ਸਮੱਸਿਆਵਾਂ ਇੰਨੀਆਂ ਜਿਹੜੇ ਇੱਥੇ ਰਹਿ ਰਹੇ ਲਗਭਗ 450 ਦੇ ਕਰੀਬ ਨਾਗਰਿਕਾਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਠੀਕ ਕਿਦਾਂ ਰੱਖਣਾ ਉਹਨਾਂ ਦੀ ਜਾਨਾਂ ਸੇਫ ਕਿਦਾਂ ਰੱਖਣੀਆਂ ਉਦੋਂ ਲੀਵਰਸਾਨ ਨੂੰ ਮੈਡੀਕਲ ਸੇਵਾ ਸੈਂਟਰ ਸ਼ੁਰੂ ਕਰਨਾ ਪਿਆ ਕਿਤੇ ਨਾ ਕਿਤੇ ਭਾਈ ਸਾਹਿਬ ਜੀ ਸਾਨੂੰ ਸੁਣਨ ਦੇ ਵਿੱਚ ਆਇਆ ਕਿ ਤੁਸੀਂ ਤਾਂ ਚਲੋ ਪਰਪਕਾਰ ਦੇ ਬਹੁਤ ਵਧੀਆ ਕੰਮ ਕਰਦੇ ਜੋ ਕਿ ਕਿਸੇ ਕਹਿਣ ਤੇ ਮਹਤਾਜ ਨਹੀਂ ਹੈ ਵੀ ਸਭ ਲੋਕਾਂ ਨੂੰ ਵੀ ਪਤਾ ਹੈ ਪੂਰੇ ਪਬਲਿਕ ਨੂੰ ਵੀ ਪਤਾ ਹੈ ਤਾਂ ਕਿ ਪੂਰੇ ਵਰਲਡ ਵਿੱਚ ਵੀ ਲੋਕ ਜਾਣਦੇ ਨੇ ਵੀ ਹੁਣ ਸਾਨੂੰ ਮੇਨ ਇਹ ਦੱਸੋ ਵੀ ਜਿਹੜੀਆਂ ਆਪਣੀਆਂ ਪ੍ਰਭ ਸੰਸਥਾ ਨੂੰ ਇਹ ਚਲਾਉਣ ਵਾਸਤੇ ਆਸਰਾ ਨੂੰ ਨਿਆਸਰਿਆਂ ਨੂੰ ਇੱਕ ਘਰ ਮਿਲ ਗਿਆ ਤੇ ਰਜਗਾਰ ਵੀ ਉਰੇ ਕਈਆਂ ਨੂੰ ਮਿਲ ਰਿਹਾ ਹੈ ਤੇ ਉਹਦੇ ਵਿੱਚ ਜੋ-ਜੋ ਹੁਣ ਤੁਹਾਨੂੰ ਦਰਪੇਸ਼ ਮੁਸ਼ਕਲਾਂ ਆ ਰਹੀਆਂ ਹਨ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਮਿਲਿਆ ਸਰਕਾਰ ਸਹਿਯੋਗ ਨਹੀਂ ਕਰ ਰਹੀ ਉਹਨਾਂ ਬਾਰੇ ਕੁਛ ਚਾਨਣਾ ਪਾਓ ਇਹ ਬੜੀ ਰਿਐਲਿਟੀ ਦੇਖੋ ਜਦੋਂ ਲਈ ਹੈ ਨਾ ਇਹ ਜਗਾ ਉਸ ਦੇ ਵਿੱਚ ਕਹਿੰਦੇ ਡਿਵੈਲਪਮੈਂਟ ਚਾਰਜਸ ਦਿਓ ਡਿਵੈਲਪਮੈਂਟ ਚਾਰਜਸ ਚਿਲਡਰਨ ਹੋਮ ਦੇ ਅਸੀਂ ਪਹਿਲਾਂ ਦੇ ਦਿਤੇ ਆ ਨਾ ਕੋਈ ਸੀਵਰੇਜ ਮਿਲੀ ਅਸ ਤੱਕ ਤੇ ਨਾ ਕੋਈ ਉਸ ਦੇ ਵਿੱਚ ਕੋਈ ਪਾਣੀ ਦਾ ਅਰੇਂਜਮੈਂਟ ਇਹ ਦਿੰਦਾ ਇਹ ਇੰਨਾ ਕੁਝ ਕਰਨ ਤੋਂ ਬਾਅਦ ਫਿਰ ਹੁਣ ਬਿਲਡਿੰਗਾਂ ਕਹਿੰਦੇ ਖੜੀਆਂ ਕਰਨੀਆਂ ਮੈਂ ਕਿਹਾ ਜੀ ਤੁਹਾਡੀ ਡਿਊਟੀ ਨਿਭਾਉਣੀ ਹੈ ਸਰਕਾਰ ਦੀ ਸੰਵਿਧਾਨਿਕ ਜਿਹੜੀ ਡਿਊਟੀ ਬਣਦੀ ਹੈ ਉਹ ਨਿਭਾਉਣ ਦੇ ਵਾਸਤੇ ਸਾਨੂੰ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਪੈ ਰਿਹਾ ਹੈ ਇਹਦੇ ਕਹਿੰਦੇ ਤੁਸੀਂ 82 ਲੱਖ ਰੁਪਏ ਜਮ੍ਹਾਂ ਦੋ ਮਾ ਸਿਰ ਤੇ ਤਾਂ ਛੱਤ ਨਹੀਂ ਹੈਗਾ 82 ਲੱਖ ਕਿਥੋਂ ਲਈਏ ਫਿਰ ਜਿਹੜੀਆਂ ਫੀਸਾਂ ਬਣਦੀਆਂ ਸੀ ਜਗਾ ਲੈਣ ਦੇ ਲਈ ਉਹ ਫੀਸਾਂ ਉੱਥੇ ਜਮ੍ਹਾਂ ਕਰਾਈਆਂ ਐਸ ਪਰਲਾ ਉਹ ਨਹੀਂ ਤੁਸੀਂ ਫੀਸਾਂ ਪੂਰੀਆਂ ਨਹੀਂ ਭਰਾਈਆਂ ਨਾਲੇ ਕੰਮ ਉਹਨਾਂ ਦੇ ਜਿਹੜੇ ਸਿਸਟਮ ਹੈਗੇ ਉਹਦੇ ਵਿੱਚ ਕਿੱਥੇ ਕਮੀ ਹੈਗੀ ਹੈ ਚੈੱਕ ਚੰਗੀ ਤਰ੍ਹਾਂ ਆਪਣੀ ਕੀਤੇ ਕੋਰਕੀ ਦੇ ਇਹ ਆਰਡਰ ਕਿਹਨਾਂ ਵੱਲੋਂ ਕੀਤੇ ਗਏ ਨੇ? ਇਹ ਰੈਵਨਿਊ ਡਿਪਾਰਟਮੈਂਟ ਵੱਲੋਂ। ਇਹਨਾਂ ਬਾਰੇ ਫਿਰ ਵੀ ਤੁਸੀਂ ਇਹਨਾਂ ਦੇ ਖਿਲਾਫ ਕੁਝ ਹੋ ਨਹੀਂ ਮਤਲਬ ਕਿਉਂ ਨਹੀਂ ਕਰਾਇਆ ਜੀ ਹੈ? ਮਤਲਬ ਜੇ ਹੁਣ ਜੇ ਭਾਸ਼ਾ, ਪ੍ਰੇਮ ਦੀ ਭਾਸ਼ਾ ਨਹੀਂ ਸਮਝਦੇ ਫਿਰ ਸੜਕਾਂ ਦੇ ਉੱਤੇ ਪਬਲਿਕ ਨੂੰ ਹਰਾਸ ਹੋਣਾ ਪੈਂਦਾ। ਫਿਰ ਇਹਨਾਂ ਦੀਆਂ ਕੋਠੀਆਂ ਅੱਗੇ ਸਾਡੇ ਤਾਂ ਜਿਹੜੇ ਮੈਂਬਰ ਜਿਹੜੇ ਨਾਲ ਜੁੜੀ ਹੋਈ ਪਬਲਿਕ ਹੈ ਉਹ ਤੇ ਬਾਰ-ਬਾਰ ਇਹ ਕਹਿੰਦੀ ਹੈ ਵੀ ਲਿਜਾ ਕੇ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਬਿਠਾ ਲਈ ਇਹਨਾਂ ਦੀ ਡਿਊਟੀ ਬਣਦੀ ਹੈ। ਉਹਨਾਂ ਦੀਆਂ ਕੋਠੀਆਂ ਦੇ ਅੱਗੇ ਬਿਠਾ ਦਈਏ। ਬਲਕਿ ਇਹ ਤਾਂ ਕਹੀ ਜਾਂਦੇ ਕਹਿੰਦੇ ਵੀ ਬੜਾ ਕੁਝ ਕਹਿੰਦੇ ਹੈਗੇ ਆ ਪਬਲਿਕ ਪਰ ਉਹਨਾਂ ਨੂੰ ਬੇਨਤੀ ਕਰਦੇ ਵੀ ਨਹੀਂ ਸਰਕਾਰ ਅੱਜ ਨਹੀਂ ਕੱਲ ਨੂੰ ਜ਼ਰੂਰ ਸਮਝੇ ਕਿ ਸਾਡੀ ਸੰਵਿਧਾਨਿਕ ਡਿਊਟੀ ਹੈ ਨੈਤਿਕ ਡਿਊਟੀ ਕਿ ਬਣਦੀ ਉਹਨਾਂ ਦੀ ਉਸ ਤੋਂ ਬਾਅਦ ਮਤਲਬ ਇਹ ਚੱਲੇ ਚੱਲੇ ਜੀ ਵੀ ਆਪਾਂ ਗੱਲ ਕਰਦੇ ਸੀ ਵੀ ਜੇ ਲੋਡ ਪੈਂਦੀ ਹੈ ਜੇ ਬੰਦੇ ਨੇ ਰਹਿਣਾ ਹੈਗਾ ਉਸ ਨੂੰ ਬਿਜਲੀ ਪਾਣੀ ਦੀ ਹੈ ਇਹਨਾਂ ਦੇਸ਼ ਦਾ ਮਤਲਬ ਇਹਨਾਂ ਸਟੇਟ ਦੀ ਜਿਹੜੀ ਹੈਗੀ ਹੈ ਮੈਂਟਲ ਹੈਲਥ ਖਰਾਬ ਹੋ ਰਹੀ ਹੈ ਇੰਨੀ ਮੰਗਾਈ ਕਰਕੇ ਇਨਾ ਸਟ੍ਰੈਸ ਇੰਨੀ ਬੇਰੋਜ਼ਗਾਰੀ ਕਰਕੇ ਤੇ ਉਹਨਾਂ ਨੂੰ ਚੱਕਣਾ ਤੇ ਉਹਨਾਂ ਨੂੰ ਰੀਹੈਬਿਲੀਟੇਟ ਕਰਨ ਦਾ ਇਨਫਰਾਸਟ੍ਰਕਚਰ ਜੇ ਨਹੀਂ ਕ੍ਰੀਏਟ ਕਰੋਗੇ ਤੇ ਆਉਣ ਵਾਲੇ ਦਿਨ ਜਿਹੜੇ ਆ ਉਹ ਬਹੁਤ ਹੀ ਦਰਦ ਭਰੇ ਔਰ ਬੜੇ ਇਹ ਚਿੰਤਨ ਦਾ ਵਿਸ਼ਾ ਹੈਗਾ ਕਿ ਇਸ ਨੂੰ ਵਿਚਾਰਨਾ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੁਣ ਲੀਡਰਾਂ ਦਾ ਤਾਂ ਸਭ ਨੇ ਦੇਖ ਲਿਆ ਸਰਕਾਰਾਂ ਆਉਂਦੀਆਂ ਰਹਿੰਦੀਆਂ ਤੇ ਜਾਂਦੀਆਂ ਰਹਿਣਗੀਆਂ ਪਬਲਿਕ ਨੂੰ ਪੂਰਾ ਪਤਾ ਲੱਗ ਗਿਆ ਤੇ ਅਖੀਰ ਦੇ ਵਿੱਚ ਮੈਂ ਇਹ ਸਿਰਫ ਪੁੱਛਣਾ ਚਾਹੂੰਗਾ ਇੱਕ ਅਖੀਲਾ ਸਵਾਲ ਵੀ ਤੁਸੀਂ ਜਿਹੜੇ ਸਮਾਜ ਸੇਵੀ ਦਰਦੀ ਪੁਰਸ਼ ਨੇ ਜਾਂ ਉਹਨਾਂ ਮਹਾਪੁਰਸ਼ਾਂ ਨੂੰ ਜਿਹੜੇ ਇਹ ਲੋਕ ਸੇਵਾ ਵੱਲ ਤੁਰੇ ਹਨ ਤੇ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਜਿਹੜੇ ਪੂਰੀ ਦੁਨੀਆ 'ਚ ਵੱਸਦੇ ਐ ਜਿਹੜੇ ਕਈ ਜਾਣਦੇ ਨੇ ਤੇ ਉਹਨਾਂ ਦੇ ਲਈ ਕੋਈ ਆਪ ਨੂੰ ਜਿਸ ਤਰ੍ਹਾਂ ਹੁਣ ਲੋਕ ਭਲਾਈ ਦੇ ਆਪ ਜੀ ਨੇ ਬਹੁਤ ਹੀ ਵੱਡੇ ਪਰਪਕਾਰ ਦੇ ਇਹ ਕੰਮ ਤੋੜਿਆ ਵੀ ਨਿਆਸਰਿਆਂ ਨੂੰ ਆਸਰਾ ਮਿਲ ਰਿਹਾ ਜਿਸ ਕਿਸੇ ਨੂੰ ਵੀਰਪੈਣ ਨੂੰ ਰੋਟੀ ਨਹੀਂ ਮਿਲਦੀ ਸਭ ਕੁਝ ਉਹਨੂੰ ਇੱਥੇ ਮਿਲਦਾ ਤੇ ਉਹਨਾਂ ਦੇ ਨਾਲ ਦੇ ਨਾਲ ਤੁਸੀਂ ਹਸਪੀਟਲ ਬਹੁਤ ਵਧੀਆ ਖੋਲਿਆ ਜਿੱਥੇ ਕਿ ਉਹਨਾਂ ਦਾ ਟਰੀਟਮੈਂਟ ਵਧੀਆ ਚੱਲ ਰਿਹਾ ਹੈ ਜੀ ਕਿਉਂਕਿ ਇਹ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਇਹਦੇ ਵਿੱਚ ਤੁਸੀਂ ਉਹਨਾਂ ਤੋਂ ਕੀ ਸਹਿਯੋਗ ਦੀ ਆਸ ਕਰਦੇ ਹੋ ਜੀ ਜੇ ਕਿ ਇੱਕ ਸਨੇਹਾ ਦੇਣਾ ਚਾਹੋਗੇ ਤਾਂ ਨੇ ਬਿਲਕੁਲ ਜੀ ਇਸ ਤਰ੍ਹਾਂ ਜਿਵੇਂ ਤੁਹਾਡੀ ਗੱਲ ਹੈ ਵੀ ਇਹ ਇਹਨਾਂ ਨਾਗਰਿਕਾਂ ਨੂੰ ਸਾਡੇ ਨਿਊਰੋ ਸਰਜਨ ਚਾਹੀਦੇ ਆ ਸੈਕਟਰੀ ਚਾਹੀਦੇ ਸਾਰੇ ਅਸੀਂ ਉਹਨਾਂ ਵੀਰਾਂ ਦੇ ਸਹਿਯੋਗ ਨਾਲ ਜਿਹੜੇ ਦੇਸ਼ ਵਿਦੇਸ਼ ਸਮਾਜਦਰ ਦੀ ਮਾਨਵਤਾ ਦਾ ਪ੍ਰੇਮ ਰੱਖਣ ਵਾਲੇ ਉਹਨਾਂ ਨੇ ਇੰਨੀ ਖੂਨ ਪਸੀਨੇ ਦੀ ਕਮਾਈ ਟੈਕਸਾਂ ਦਾ ਪੈਸਾ ਜਿਹੜਾ ਆਪਣਾ ਪਹਿਲਾਂ ਗਵਰਨਮੈਂਟ ਨੂੰ ਪੇ ਕੀਤਾ ਉਹ ਚੋਂ ਫਿਰ ਆਪਣਾ ਪਰਿਵਾਰ ਤੇ ਫਿਰ ਇਹਨੂੰ ਪਰਿਵਾਰ ਸਮਝ ਕੇ ਪ੍ਰਵਾਸਰਾ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਜਾਂ ਨਿਆਸਰੇ ਲੋਕਾਂ ਨੂੰ ਉਹਦੇ ਵਾਸਤੇ ਇੰਨਾ ਕੁਝ ਇਹਨੇ ਡਾਕਟਰ ਉੱਥੇ ਵੀ ਡਾਕਟਰਾਂ ਤੋਂ ਵੀ ਉੱਪਰ ਹੈਗੇ ਜਿਹੜੇ ਉਹਨਾਂ ਦੀ ਸੇਵਾ 'ਚ ਲੱਗੇ ਹੋਏ ਆਂ ਦੰਦਤ ਤੇ ਮੈਂ ਤੇ ਹੀ ਬੇਨਤੀ ਕਰਦਾ ਹਾਂ ਵੀ ਜਦੋਂ ਵੀ ਤੁਹਾਡੇ ਕੋਲ ਆਉਣ ਤੇ ਕਮ ਸੇ ਕਮ ਇੱਕ ਵਾਰ ਪੁੱਛੋ ਤੁਸੀਂ ਜ਼ਰੂਰ ਕਿ ਜਿਹੜੇ ਵੀ ਸਾਡੇ ਦੇਸ਼ ਦੇ ਵਿੱਚੋਂ ਜਾਂਦੇ ਆ ਸਾਡੀ ਸਟੇਟਾਂ ਵਿੱਚੋਂ ਜਾਂਦੇ ਆ ਤੁਹਾਡੇ ਕੋਲ ਵਿਦੇਸ਼ਾਂ 'ਚ ਬੈਠੇ ਭਾਵੇਂ ਸਾਡੇ ਦੇਸ਼ 'ਚ ਬੈਠੇ ਤੇ ਵਿਦੇਸ਼ 'ਚ ਬੈਠੇ ਆ ਵੀ ਇਹ ਨਾਗਰਿਕ ਜਿਹੜੇ ਸਾਡੇ ਸਤਕਾਰਯੋਗ ਬਜ਼ੁਰਗ ਅਖੀਰਲੇ ਸਮੇਂ ਦੇ ਸਾਰੀ ਉਮਰ ਦੇਸ਼ ਦੀ ਸੇਵਾ ਕਰਦੇ ਆ ਟੈਕਸ ਦਿੰਦੇ ਆ ਅਖੀਰਲੇ ਸਮੇਂ ਦੇ ਵਿੱਚ ਜਦੋਂ ਇਕੱਲੇ ਰਹਿ ਜਾਂਦੇ ਨੇ ਆਸਰੇ ਹੋਣੇ ਰੋਲ ਕੇ ਕਿਉਂ ਮਰਦੇ ਆ ਸਹਿਬਿਆਦਾਜੀ ਸਿੰਘ ਨਗਰ ਦੇ ਵਿੱਚ ਵੀ ਕੋਈ ਐਸਾ ਹੋਮ ਨਹੀਂ ਹੈ ਵੀ ਕਮ ਸੇ ਕਮ ਮੈਂ ਬੇਨਤੀ ਕਰਦਾ ਵੀ ਪੁੱਛਿਓ ਤੁਸੀਂ ਵੀ ਇਹਨਾਂ ਦੀ ਇਹਨਾਂ ਦਾ ਗੁਨਾਹ ਕੀ ਹੈ ਵੀ ਆਪਣੇ ਹੀ ਦੇਸ਼ ਦੇ ਵਿੱਚ ਲੋਕਤੰਤਰ ਦੇਸ਼ ਦੇ ਵਿੱਚ ਲੋਕ ਲਵਾਰਸ ਕਿਉਂ ਹੋ ਰਹੇ ਹਨ ਰੋਲ ਕੇ ਕਿਉਂ ਮਰ ਰਹੇ ਹਨ ਤੇ ਮੈਂ ਵੈਸੇ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਤੁਸੀਂ ਜਦੋਂ ਵੀ ਇੱਧਰ ਤੁਸੀਂ ਆਓ ਕਦੇ ਚੰਡੀਗੜ੍ਹ ਵੱਲ ਤੇ ਸਹਿਬਿਆਦਾਜੀ ਸਿੰਘ ਨਗਰ ਵੱਲ ਰੋਪੜ ਵੱਲ ਤੇ ਪੰਜਾਬ ਦੀ ਧਰਤੀ ਤੇ ਤੇ ਤੁਸੀਂ ਜ਼ਰੂਰ ਪ੍ਰਬਾਸਰਾ ਦੇ ਵਿੱਚ ਦਰਸ਼ਨ ਦਿਓ ਤੁਹਾਡੇ ਸੁਝਾਵਾਂ ਦੇ ਨਾਲ ਹੀ ਅਸੀਂ ਸਿਆਮਨ ਦੇ ਹੱਲ ਜਿਹੜੇ ਅਜ ਤੱਕ ਕਰਦੇ ਆ ਰਹੇ ਹਨ ਮਨਉਨ ਆਸ ਹੈ ਕਿ ਤੁਹਾਡੇ ਸਹਿਯੋਗ ਨਾਲ ਸੁਝਾਵਾਂ ਦੇ ਨਾਲ ਇਹਨਾਂ ਸਮੱਸਿਆਵਾਂ ਦੇ ਹੱਲ ਵੱਡੇ ਪੱਧਰ ਤੇ ਜਰੂਰ ਨਿਕਲਣਗੇ ਪਰ ਇੱਕ ਜਿਹੜੀ ਪੁਕਾਰ ਹੈਗੀ ਹੈ ਇਹਨਾਂ ਦੀ ਨਾ ਜਿਵੇਂ ਦੇਸ਼ ਦੇ ਇਹ ਬੇਵਸੇਲਾਚਾਰ ਨਾਗਰੀਏ ਆਪਣੇ ਸੰਭਾਲ ਤੋਂ ਮਥਾਜ਼ ਹੋ ਚੁੱਕੇ ਹਨ ਰੋਲ ਕੇ ਮਰ ਰਹੇ ਹਨ ਸਿਰ ਪਰਛਾਤ ਨਹੀਂ ਭੁੱਖੇ ਪਿਆਸੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਕਿਸ ਨੂੰ ਦੁਖੜੇ ਸੁਣਾਉਣ ਰੋਗਾਂ ਦੀ ਭਿਆਨਕ ਪੀੜਾ ਜਰ ਰਹੇ ਹਨ ਜੇ ਲੋਕਤੰਤਰ ਦੇਸ਼ ਦੇ ਵਿੱਚ ਇਹ ਨਾਗਰਿਕ ਰੋਲ ਕੇ ਮਰ ਰਹੇ ਹਨ ਤੇ ਇਸ ਦੇ ਸਬੰਧ ਦੇ ਵਿੱਚ ਇੱਕ ਵਾਰ ਜਰੂਰ ਮਤਲਬ ਇਹਨਾਂ ਦਾ ਇਜ਼ਹਾਰ ਤੁਸੀਂ ਬਣ ਚੁੱਕੀ ਹਾਲਤ ਦਾ ਇਜ਼ਹਾਰ ਜਦੋਂ ਵੀ ਤੁਹਾਨੂੰ ਮਿਲਦੇ ਆ ਤੁਸੀਂ ਜ਼ਰੂਰ ਕਰਿਓ ਤਾਂ ਕਿ ਕੋਈ ਨਾ ਕੋਈ ਮੈਨੂੰ ਲੱਗਦਾ ਸੋਚਣ ਤੋਂ ਮਜਬੂਰ ਹੋ ਸਕਣ ਆਪਣੇ ਮੈਨੀਫੈਸਟੋ ਵਿੱਚ ਵੀ ਨਹੀਂ ਐਡ ਹੋ ਰਿਹਾ ਇਹਨਾਂ ਦੇ ਅੱਜ ਤੱਕ ਸਟੇਜਾਂ ਤੋਂ ਵੀ ਨਹੀਂ ਬੋਲਿਆ ਜਾ ਰਿਹਾ ਕਿ ਸਾਡੇ ਦੇਸ਼ ਦੇ ਨਾਗਰਿਕ ਜਿਨ੍ਹਾਂ ਦੀ ਗਿਣਤੀ ਲੱਖਾਂ ਵਿੱਚ ਹੈ ਬਹੁਤ ਵੱਡੀ ਗਿਣਤੀ ਹੈ ਜਿਨ੍ਹਾਂ ਨੂੰ ਤੁਰੰਤ ਸੰਭਾਲਣ ਦੀ ਲੋੜ ਹੈ ਅੱਜ ਤੁਹਾਡੇ ਕੋਲ ਸਮਾਂ ਘੱਟ ਹੈ ਕਿਸੇ ਦਿਨ ਆਪਾਂ ਫੇਰ ਵਿਚਾਰਾਂਗੇ ਵੀ ਜਿਹੜੇ ਬੱਚੇ ਮਾਨਸਿਕ ਪੱਖੋਂ ਕਮਜ਼ੋਰ ਹੋਣੇ ਮਾਪੇ ਨਹੀਂ ਰਹਿੰਦੇ ਉਹ ਲੜਕੀਆਂ ਮਾਪੇ ਤੋਂ ਬਾਅਦ ਕਿੱਥੇ ਜਾਣ ਇਹੋ ਜੇ ਸਾਡੇ ਕੋਲ ਬਹੁਤ ਕੇਸ ਆ ਰਹੇ ਆ ਰੋਜ਼ ਸੋ ਅੱਜ ਇਸ ਖਾਲਸਾ ਟੀਵੀ ਚੈਨਲ ਦੇ ਜਰੀਏ ਮੈਂ ਸਰਕਾਰ ਨੂੰ ਵੀ ਆਪਣੇ ਵੱਲੋਂ ਪੁਰਜ਼ੋਰ ਅਪੀਲ ਕਰੂੰਗਾ ਤੇ ਉਹਨਾਂ ਸਮਾਜ ਸੇਵੀ ਦਰਦੀ ਸੱਜਣਾ ਨੂੰ ਵੀ ਆਪਣੇ ਵੱਲੋਂ ਬੇਨਤੀ ਕਰੂੰਗਾ ਕਿ ਆਪਣੀ ਦਸਾਂ ਨਾ ਹੁੰਦੀ ਕਿਰਤ ਤਾਂ ਸਫਲੀ ਗਿਣੀ ਜਾਊਗੀ ਕਿਉਂਕਿ ਉਹ ਆਪਣੇ ਦਸਾਂ ਨਾ ਹੁੰਦੀ ਕਿਰਤ ਵਿੱਚੋਂ ਭਾਵੇਂ ਦਸਵੰਧ ਕੱਢ ਕੇ ਤੇ ਇਹ ਜਿਹੜੀ ਸੰਸਾ ਚੱਲ ਰਹੀ ਹੈ ਪ੍ਰਭ ਆਸਰਾ ਨਿਆਸਰਿਆਂ ਲਈ ਘਰ ਇੱਥੇ ਗਰੀਬ ਲੜਕੀਆਂ ਵੀ ਹਨ ਗਰੀਬ ਮਾਤਾਵਾਂ ਵੀ ਹਨ ਹਰ ਇੱਕ ਪਰਿਵਾਰ ਦਾ ਜੋ ਵੀ ਇੱਥੇ ਮੈਂਬਰ ਐਡਮਿਟ ਹੈ ਉਹ ਲੋੜਵੰਦ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਵੱਧ ਤੋਂ ਵੱਧ ਵੀਰਜੀ ਦੇ ਨਾਲ ਇਹਨਾਂ ਦੇ ਨਾਲ ਕੰਟੈਕਟ ਕਰਨ ਇਹਨਾਂ ਦਾ ਮਿਲਣ ਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਇਹਨਾਂ ਦਾ ਸਹਿਯੋਗ ਕਰਨ ਸੋ ਮੈਂ ਆਪਣੇ ਵੱਲੋਂ ਖਾਲਸਾ ਟੀਵੀ ਚੈਨਲ ਕੈਮਰਾਮੈਨ ਰਾਜੀਵ ਦੀਪ ਸਿੰਘ ਤੇ ਪੱਤਰਕਾਰ ਅਨਜੋ ਸਿੰਘ ਕੁਰਾਲੀ ਤੋਂ ਵਿਸ਼ੇਸ਼ ਰਿਪੋਰਟ